ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਬੇਨਤੀ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਨੱਪੋ ਸ਼ੁਰੂਆਤ ਕਰਦੇ ਹਾਂ ਜੀ ਸੀਐਮਐਸ ਨਾਲ ਹੋਈ ਮੀਟਿੰਗ 'ਚੋਂ ਬੋਲੇ ਪੀਐਮ ਮੋਦੀ ਜਿੰਨਾ ਕਰੋਨਾ ਨੂੰ ਰੋਕਾਂਗੇ ਓਨੀ ਹੀ ਅਰਥਵਿਵਸਥਾ ਖੁੱਲੇਗੀ ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵਿੱਚ ਵੱਧ ਰਹੇ ਕਰੋਨਾ ਸੰਕਰਮਣ ਦੇ ਮਾਮਲਿਆਂ ਨੂੰ ਲੈ ਕੇ 21 ਸੂਬਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਇਸ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੇ ਵਿੱਚ ਠੀਕ ਹੋ ਰਹੇ ਮਰੀਜ਼ਾਂ ਦੀ ਦਰ 50% ਤੋਂ ਵੱਧ ਹੈ ਜਿਆਦਾ ਸੰਖਿਆ ਦੇ ਹੋਣ ਦੇ ਬਾਵਜੂਦ ਵੀ ਕਰੋਨਾ ਵਿਨਾਸ਼ਕਾਰੀ ਨਹੀਂ ਹੋਇਆ ਪ੍ਰਧਾਨ ਮੰਤਰੀ ਨੇ ਕਿਹਾ ਕਰੋਨਾ ਦੇ ਨਾਲ ਹੋਈ ਕਿਸੇ ਵੀ ਮੌਤ ਬੇਚੈਨ ਕਰਨ ਵਾਲੀ ਹੈ ਪੀਐਮ ਮੋਦੀ ਅਨੁਸਾਰ ਪਿਵệਖ ਦੇ ਵਿੱਚ ਜਦੋਂਕਿਤੇ ਭਾਰਤ ਦੀ ਕਰੋਨਾ ਵਿਰੁੱਧ ਲੜਾਈ ਦਾ ਅਧਿਆਨ ਹੋਵੇਗਾ ਤਾਂ ਇਸ ਦੌਰ ਦੇ ਇਸ ਲਈ ਯਾਦ ਕੀਤਾ ਜਾਵੇਗਾ ਕਿ ਕਿਵੇਂ ਇਸ ਦੌਰ ਨਾਲ ਅਸੀਂ ਮਿਲ ਕੇ ਕੰਮ ਕੀਤਾ ਸਹਿ ਸੰਘਵਾਦ ਦੀ ਉੱਤਮ ਮਿਸਾਲ ਪੇਸ਼ ਕੀਤੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੈਪਟਨ ਨੇ ਚੀਨ ਦੇ ਹਮਲਿਆਂ ਖਿਲਾਫ ਭਾਰਤ ਨੂੰ ਕਰਾਰਾ ਜਵਾਬ ਦੇਣ ਦੇ ਲਈ ਕਿਹਾ ਲਦਾਖ ਦੀ ਗਲਵਾਨ ਘਾਟੀ ਚੂ ਚੀਨ ਦੇ ਨਾਲ ਹਿੰਸਕ ਝੜਪ ਦੌਰਾਨ ਤਿੰਨ ਭਾਰਤੀ ਸੈਨਿਕਾਂ ਦੇ ਮਾਰੇ ਜਾਣ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਅਤੇ ਗੁੱਸਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੀਨ ਦੇ ਵੱਲੋਂ ਭਾਰਤੀ ਸਰਹੱਦ ਦੇ ਅੰਦਰ ਵਾਰ-ਵਾਰ ਕੀਤੀ ਜਾ ਰਹੀ ਉਲੰਘਣਾ ਖਿਲਾਫ ਭਾਰਤ ਸਰਕਾਰ ਦੇ ਵੱਲੋਂ ਕਰਾਰਾ ਜਵਾਬ ਦੇਣ ਦਾ ਸੱਦਾ ਦਿੱਤਾ ਹੈ ਜੀ ਇਸ ਘਟਨਾ ਤੋਂ ਗੁੱਸੇ ਚ ਆਏ ਕੈਪਟਨ ਨੇ ਆਪਣੀ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸਾਡੇ ਸੈਨਿਕ ਕੋਈ ਖੇਡ ਨਹੀਂ ਕੀ ਸਾਡੀਆਂ ਸਰਹੱਦਾਂ ਦੀ ਰਾਖੇ ਕਰਦੇ ਅਫਸਰਾਂ ਤੇ ਜਵਾਨਾਂ ਨੂੰ ਹਰ ਥੋੜੇ ਦਿਨਾਂ ਬਾਅਦ ਮਾਰ ਕੇ ਜਾਂ ਜ਼ਖਮੀ ਕਰ ਦਿੱਤਾ ਜਾਵੇ ਉਹਨਾਂ ਨੇ ਕਿਹਾ ਇਹ ਉਸੇ ਵੇਲੇ ਵਾਪਰਿਆ ਜਦੋਂ ਦੋਵਾਂ ਪਾਸਿਆਂ ਤੋਂ ਫੌਜਾਂ ਕਈ ਦਿਨਾਂ ਦੀ ਤਣਾਅ ਦੀ ਸਥਿਤੀ ਤੋਂ ਵੱਖ ਹੋਣ ਦੀ ਪ੍ਰਕਿਰਿਆ ਚ ਹਨ ਅਗਲੀ ਖਬਰ ਆ ਰਹੀ ਹੈ ਜੀ ਸਿੱਖਿਆ ਵਿਭਾਗ ਨੇ ਬਦਲਿਆ ਹੁਕਮ ਹੁਣ ਫੀਸ ਨਾ ਜਮਾ ਕਰਵਾਉਣ ਤੇ ਕੱਟੇਗਾ ਬੱਚੇ ਦਾ ਨਾਂ ਜੀ ਸੋ ਤੁਸੀਂ ਇਸ ਖਬਰ ਤੇ ਕੀ ਪ੍ਰਤੀਕਿਰਿਆ ਦੇਣੀ ਚਾਹੋ ਕਿ ਜਿਹੜਾ ਹੁਣ ਸਿੱਖਿਆ ਵਿਭਾਗ ਨੇ ਨਵਾਂ ਕਾਨੂੰਨ ਲੈ ਆਂਦਾ ਜੀ ਜੇਕਰ ਤੁਸੀਂ ਬੱਚੇ ਦੀ ਫੀਸ ਨਹੀਂ ਜਮਾ ਕਰਵਾਉਗੇ ਤਾਂ ਬੱਚੇ ਦਾ ਨਾਂ ਕੱਢ ਦਿੱਤਾ ਜਾਏਗਾ ਜੀ ਆਪਣੇ ਕੀਮਤੀ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਇਸ ਖਬਰ ਦੇ ਬਾਬਤ ਜ਼ਰੂਰ ਦਿਓ ਸਕੂਲ ਸਿੱਖਿਆ ਵਿਭਾਗ ਨੇ ਆਪਣੇ ਉਸ ਹੁਕਮ ਨੂੰ ਬਦਲ ਦਿੱਤਾ ਹੈ ਜਿਸ ਦੇ ਤਹਿਤ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਾਪਿਆਂ ਦੇ ਵੱਲੋਂ ਫੀਸ ਜਮ੍ਹਾਂ ਨਾ ਕਰਵਾਉਣ ਤੇ ਨਾ ਤਾਂ ਬੱਚੇ ਦਾ ਨਾਂ ਕੱਟਿਆ ਜਾ ਸਕਦਾ ਸੀ ਤੇ ਨਾ ਹੀ ਉਸ ਨੂੰ ਆਨਲਾਈਨ ਸਿੱਖਿਆ ਤੋਂ ਵਾਂਝੇ ਕੀਤਾ ਜਾ ਸਕਦਾ ਸੀ ਜ਼ਿਲ੍ਹਾ ਸਿੱਖਿਆ ਅਫਸਰ ਧੰਨਪਤ ਰਾਮ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰਾਈਵੇਟ ਸਕੂਲ ਨਿਯਮਾਂ ਮੁਤਾਬਕ ਹੁਣ ਫੀਸ ਨਾ ਜਮ੍ਹਾਂ ਕਰਵਾਏ ਜਾਣ ਤੇ ਬੱਚਿਆਂ ਦਾ ਵੀ ਨਾ ਕੱਟ ਸਕਦੇ ਹਨ ਤੇ ਆਨਲਾਈਨ ਸਿੱਖਿਆ ਤੋਂ ਵਾਂਝੇ ਵੀ ਕਰ ਸਕਦੇ ਹਨ ਸੋ ਹਰਿਆਣਾ ਦੇ ਵਿੱਚ ਜਿਹੜਾ ਇਹ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਗਿਆ ਜੀ ਦਰਅਸਲ ਕੋਵਿਡ-19 ਮਹਾਮਾਰੀ ਫੈਲਣ ਤੇ ਉਸ ਦੇ ਕਾਰਨ 25 ਮਾਰਚ ਤੋਂ ਦੇਸ਼ ਵਿਆਪੀ ਤਾਲਾਬੰਦੀ ਦੇ ਕਾਰਨ ਆਮਦਨ 'ਚ ਗਰਾਵਟ ਹੋਣ ਜਾਂ ਲਗਭਗ ਇਸ ਦੇ ਖਤਮ ਹੋ ਜਾਣ ਦੇ ਕਾਰਨ ਕਈ ਮਾਪੇ ਆਪਣੇ ਬੱਚਿਆਂ ਦੀ ਸਕੂਲ ਫੀਸ ਭਰਨ ਤੋਂ ਅਸਮਰਥ ਹਨ ਸਕੂਲੀ ਸਿੱਖਿਆ ਵਿਭਾਗ ਨੇ ਆਪਣੇ 1 ਜੂਨ ਦੇ ਹੁਕਮ ਦੇ ਵਿੱਚ ਬਿੰਦੂ 9 ਦੇ ਤਹਿਤ ਕਿਹਾ ਹੈ ਕਿ ਸਕੂਲ ਦੀ ਫੀਸ ਜਮਾ ਨਾ ਕਰਵਾਉਣ ਵਾਲੇ ਬੱਚੇ ਦਾ ਹੈ ਨਾ ਤਾਂ ਨਾਂ ਕੱਟੇ ਜਾ ਸਕਦੇ ਹਨ ਤੇ ਨਾ ਹੀ ਉਹਨਾਂ ਨੂੰ ਆਨਲਾਈਨ ਸਿੱਖਿਆ ਤੋਂ ਵਾਂਝਾ ਕੀਤਾ ਜਾ ਸਕਦਾ ਪਰ ਹੁਣ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰਕੇ ਬਿੰਦੂ 9 ਨੂੰ ਖਤਮ ਕਰ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਚੀਨ ਨੇ ਉਲਟਾ ਭਾਰਤੀ ਸੈਨਾ ਉੱਤੇ ਲਗਾਇਆ ਸੀਮਾ ਪਾਰ ਕਰਕੇ ਹਮਲਾ ਕਰਨ ਦਾ ਆਰੋਪ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜੀ ਰਿਕੁਐਸਟ ਹੈ ਜੀ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਕਿਉਂਕਿ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸੋ ਦੋਸਤੋ ਆਪਾਂ ਇਸ ਵੀਡੀਓ ਨੂੰ 4500 ਦੇ ਲਾਈਕ ਤੇ ਲੈ ਕੇ ਜਾਣਾ ਸੋ ਜਲਦੀ ਜਲਦੀ ਲਾਈਕ ਕਰ ਦਿਓ ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲਦਾਖ ਖੇਤਰ ਦੇ ਵਿੱਚ ਤਣਾਅ ਹਿੰਸਕ ਝੜਪ ਤੋਂ ਬਾਅਦ ਹੋਰ ਵੀ ਵੱਧ ਗਿਆ ਹੈ ਇਸ ਖੇਤਰ ਦੇ ਵਿੱਚ ਦੋਵਾਂ ਦੇਸ਼ਾਂ ਦਾ ਜਾਨੀ ਨੁਕਸਾਨ ਹੋਇਆ ਹਾਲਾਂਕਿ ਚੀਨ ਨੇ ਆਪਣੇ ਫੌਜੀਆ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ ਪਰ ਉੱਥੇ ਹੀ ਉਸ ਨੇ ਇਸ ਘਟਨਾ ਨੂੰ ਲੈ ਕੇ ਉਲਟਾ ਭਾਰਤੀ ਸੈਨਾ ਉੱਤੇ ਸਰਹੱਦ ਦੀ ਉਲੰਘਣਾ ਕਰਕੇ ਚੀਨੀ ਸੈਨਿਕਾਂ ਤੇ ਹਮਲਾ ਕਰਨ ਦਾ આરોਪ ਲਗਾਇਆ ਹੈ ਮੀਡੀਆ ਰਿਪੋਰਟਾਂ ਅਨੁਸਾਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤੀ ਪੱਖ ਦੇ ਨਾਲ ਅਸੀਂ ਇਤਰਾਜ਼ ਪ੍ਰਗਟ ਕੀਤਾ ਤੇ ਅਪੀਲ ਕੀਤੀ ਹੈ ਕਿ ਉਹ ਆਪਣੇ ਸੈਨਿਕਾਂ ਨੂੰ ਸਰਹੱਦ ਪਾਰ ਕਰਨ ਤੋਂ ਰੋਕਣ ਕਿਸੇ ਵੀ ਇੱਕ ਤਰਫਾ ਕਦਮ ਦੇ ਨਾਲ ਸਰਹੱਦ ਉੱਤੇ ਸਥਿਤੀ ਹੋਰ ਵੀ ਗੁੰਝਲਦਾਰ ਹੋ ਸਕਦੀ ਹੈ 10 ਸਾਲਾ ਵਿਦਿਆਰਥੀ ਦੀ ਕੂਲਰ ਚ ਕਰੰਟ ਆਉਣ ਦੇ ਨਾਲ ਮੌਤ ਲਹਿਰਾਗਾਗਾ ਤੋਂ ਖਬਰ ਆ ਰਹੀ ਹੈ ਜੀ ਨੇੜਲੇ ਪਿੰਡ ਲਹਿਲ ਖੁਰਦ ਦੇ ਵਿਖੇ ਇੱਕ 10 ਸਾਲ ਦੇ ਸਕੂਲੀ ਵਿਦਿਆਰਥੀ ਦੀ ਕੂਲਰ ਚ ਕਰੰਟ ਆਉਣ ਦੇ ਨਾਲ ਮੌਤ ਹੋ ਗਈ ਹੈ ਜਿਸ ਜਿਸ ਕਾਰਨ ਪਿੰਡ ਸਮੇਤ ਪੂਰੇ ਹਲਕੇ ਦੇ ਵਿੱਚ ਸੋਗ ਦੀ ਲਹਿਰ ਹੈ ਜੀ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਦਾਸ ਜੋ ਕਿ ਚੌਥੀ ਕਲਾਸ ਦਾ ਵਿਦਿਆਰਥੀ ਸੀ ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਉਹ ਅਤੇ ਉਸ ਦੀ ਘਰ ਵਾਲੀ ਕਿਸਾਨਾਂ ਦੇ ਖੇਤ ਦੇ ਵਿੱਚ ਝੋਨਾ ਲਾਉਣ ਜਾਂਦੇ ਸਨ ਲਖਵਿੰਦਰ ਸਿੰਘ ਨੂੰ ਘਰ ਛੱਡ ਕੇ ਜਾਂਦੇ ਸਨ ਜੋ ਗਵਾਂਡੀਆਂ ਦੇ ਘਰ ਅਕਸਰ ਖੇਡਣ ਦੇ ਲਈ ਚਲਾ ਜਾਂਦਾ ਸੀ ਅੱਜ ਵੀ ਸਾਡੇ ਖੇਤ ਜਾਣ ਤੋਂ ਬਾਅਦ ਗਵਾਂਡੀਆਂ ਦੇ ਘਰ ਖੇਡਣ ਚਲਾ ਗਿਆ ਜਦੋਂ ਅਸੀਂ ਸ਼ਾਮ ਨੂੰ ਘਰ ਆਏ ਤਾਂ ਲਖਮਿੰਦਰ ਸਿੰਘ ਗਵਾਂਡੀਆਂ ਦੇ ਘਰ ਦੇ ਵੇੜੇ ਦੇ ਵਿੱਚ ਪਏ ਕੂਲਰ ਦੇ ਅੱਗੇ ਲੋਹੇ ਦੇ ਮੰਜੇ ਥੱਲੇ ਸੁੱਤਾ ਮੂਦਾ ਪਿਆ ਹੋਇਆ ਸੀ ਜਦੋਂ ਅਸੀਂ ਉਸ ਨੂੰ ਹੱਥ ਲਾਇਆ ਤਾਂ ਮੇਰੇ 'ਚ ਵੀ ਕਰੰਟ ਆ ਗਿਆ ਸੀ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਘਰਾਰ ਦੇ ਦਿੱਤਾ ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ 32 ਪੋਜ਼ੀਟਿਵ ਕੇਸ ਆਏ ਸਾਹਮਣੇ ਵਿਸ਼ਵ ਪੱਧਰ ਦੇ ਵਿੱਚ ਫੈਲਿਆ ਕੋਰੋਨਾ ਵਾਇਰਸ ਜ਼ਿਲ੍ਹੇ 'ਚ ਹੁਣ ਪੂਰੀ ਤਰ੍ਹਾਂ ਬੇਕਾਬੂ ਹੁੰਦਾ ਦਿਖਾਈ ਦੇ ਰਿਹਾ ਹੈ ਜੀ ਮੰਗਲਵਾਰ ਨੂੰ ਜਲੰਧਰ 'ਚ ਕੋਰੋਨਾ ਦਾ ਜ਼ਬਰਦਸਤ ਬਲਾਸਟ ਹੋਇਆ ਅੱਜ ਦੁਪਹਿਰ ਦੇ ਤੱਕ 32 ਨਵੇਂ ਪੋਜ਼ੀਟਿਵ ਕੇਸ ਮਿਲਣ ਦੇ ਨਾਲ ਰੋਗੀਆਂ ਦੀ ਕੁੱਲ ਗਿਣਤੀ 385 ਤੇ ਪਹੁੰਚ ਗਈ ਹੈ ਜਦੋਂ ਕਿ ਅੱਜ ਮਿਲੇ 32 ਕੇਸਾਂ 'ਚੋਂ 2 ਕੇਸ ਹशियाਰਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹਨ ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੇ ਸਿਰਫ 16 ਦਿਨਾਂ ਦੇ ਵਿੱਚ 130 ਪੋਜ਼ੀਟਿਵ ਕੇਸ ਮਿਲੇ ਹਨ ਅਤੇ 5 ਲੋਕਾਂ ਦੀ ਕਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਪੰਜਾਬ ਚ ਕਰੋਨਾ ਬਣਿਆ ਕਾਲ ਇੱਕੋ ਦਿਨ ਹੋਈਆਂ 7 ਮੌਤਾਂ ਕਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਪੰਜਾਬ ਚ ਹੋਲੀ-ਹੋਲੀ ਕਾਲ ਦਾ ਰੂਪ ਧਾਰਨ ਲੱਗੀਆ ਦੁੱਖ ਦੀ ਖਬਰ ਇਹ ਹੈ ਕਿ ਮੰਗਲਵਾਰ ਨੂੰ ਇੱਕੋ ਦਿਨ ਸੂਬੇ ਦੇ ਅੰਦਰ ਕਰੋਨਾ ਦੇ ਕਹਿਰ ਕਾਰਨ 7ਵੀਂ ਵਿਅਕਤੀ ਦੀ ਮੌਤ ਹੋ ਗਈ ਹੈ ਜੀ ਕਰੋਨਾ ਪੋਜ਼ੀਟਿਵ ਪਾਏ ਗਏ ਡੀਆਰਐਮ ਦਫਤਰ ਫਿਰੋਜ਼ਪੁਰ ਦੇ ਡੀਐਮਈ ਰਾਜਕੁਮਾਰ ਨੇ ਮੰਗਲਵਾਰ ਨੂੰ ਸੀਐਮਸੀ ਹਸਪਤਾਲ ਲੁਧਿਆਣਾ ਦੇ ਵਿੱਚ ਦਮ ਤੋੜ ਦਿੱਤਾ ਰਾਜਕੁਮਾਰ ਨੂੰ 11 ਜੂਨ ਤੋਂ ਹਸਪਤਾਲ ਭਰਤੀ ਕੀਤਾ ਗਿਆ ਸੀ ਜਿੱਥੇ ਉਹਨਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਇਸ ਗੱਲ ਦੀ ਪੁਸ਼ਟੀ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਦਫ਼ਤਰ ਦੇ ਵੱਲੋਂ ਕੀਤੀ ਗਈ ਹੈ ਰਾਜਕੁਮਾਰ ਦੀ ਪਤਨੀ ਅਤੇ ਪੁੱਤਰ ਪਹਿਲਾਂ ਹੀ ਦਿੱਲੀ ਤੋਂ ਲੁਧਿਆਣਾ ਪਹੁੰਚ ਚੁੱਕੇ ਹਨ ਅਤੇ ਇਕਾਂਤਵਾਸ ਕੱਟ ਰਹੇ ਹਨ ਅਗਲੀ ਖਬਰ ਆ ਰਹੀ ਹੈ ਜੀ ਮੁੱਖ ਮੰਤਰੀਆਂ ਦੇ ਨਾਲ ਬੈਠਕ ਤੋਂ ਬੋਲੇ ਮੋਦੀ ਕਰੋਨਾ ਦੇ ਨਾਲ ਹੋਈ ਕਿਸੇ ਦੀ ਵੀ ਮੌਤ ਬੇਚੈਨ ਕਰਨ ਵਾਲੀ ਦੇਸ਼ ਦੇ ਵੱਡੇ ਕਰੋਨਾ ਸੰਕਟ ਦਰਮਿਆਨ ਅੱਜ ਤੋਂ 2 ਦਿਨਾਂ ਦੇ ਕੇਂਦਰ ਅਤੇ ਸੂਬਿਆਂ ਦੀ ਅਹਿਮ ਬੈਠਕ ਸ਼ੁਰੂ ਹੋਗੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਤੇ ਚੰਡੀਗੜ੍ਹ ਸਮੇਤ ਪਹਾੜੀ ਅਤੇ ਉੱਤਰ ਪੂਰਬੀ ਸੂਬਿਆਂ ਦੇ ਨਾਲ ਬੈਠਕ ਕੀਤੀ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ 'ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਨਾਲ ਕਿਸੇ ਦੀ ਵੀ ਮੌਤ ਬੇਚੈਨ ਕਰਨ ਵਾਲੀ ਹੈ ਉਹਨਾਂ ਨੇ ਕਿਹਾ ਸੜਕਾਂ ਬਾਜ਼ਾਰਾਂ 'ਚੋਂ ਲੋਕ ਬੇਪਰਵਾਹ ਘੁੰਮ ਰਹੇ ਹਨ ਹਰ ਪਾਸੇ ਭੀੜ ਦਿਸ ਰਹੀ ਹੈ ਕਈ ਲੋਕ ਤਾਂ ਬਿਨਾਂ ਮਾਸਕ ਤੋਂ ਵੀ ਵੇਖੇ ਗਏ ਹਨ ਮੋਦੀ ਨੇ ਕਿਹਾ ਕਿ ਇਹ ਸਭ ਖਤਰਨਾਕ ਸਾਬਤ ਹੋ ਰਿਹਾ ਹੈ ਰਾਜਪੁਰਾ ਚੂ ਸਸਤੇ ਭਾਅ ਤੇ ਬਾਬਾ ਨਾਨਕ ਹੱਟੀ ਦੀ ਸ਼ੁਰੂਆਤ ਰਾਜਪੁਰਾ ਦੇ ਗਗਨ ਚੌਂਕ ਦੇ ਨੇੜੇ ਸਸਤੇ ਭਾਅ ਤੇ ਬਾਬਾ ਨਾਨਕ ਦੀ ਹੱਟੀ ਕਰਿਆਨਾ ਸਟੋਰ ਦੀ ਸ਼ੁਰੂਆਤ ਹੋ ਗਈ ਹੈ ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਕੰਬੋਜ ਅਤੇ ਪੰਥ ਪ੍ਰਸਿੱਧ ਪ੍ਰਚਾਰਕ ਹਰਪ੍ਰੀਤ ਸਿੰਘ ਮਖੂ ਨੇ ਪਹੁੰਚ ਕੇ ਸਮਾਨ ਦੀ ਖਰੀਦ ਕੀਤੀ ਤੇ ਇਸ ਦੌਰਾਨ ਗੱਲਬਾਤ ਕਰਦੇ ਵਿਧਾਇਕ ਕੰਬੋਜ ਅਤੇ ਮਖੂ ਨੇ ਕਿਹਾ ਕਿ ਬਾਬਾ ਨਾਨਕ ਜੀ ਦੀ ਸਿੱਖਿਆ ਤੇ ਆਧਾਰ ਤੇ ਰਾਜਪੁਰਾ ਸ਼ਹਿਰ ਦੇ ਲੋਕਾਂ ਲਈ ਸਸਤੇ ਭਾਅ ਤੇ ਖੁੱਲਿਆ ਕਰਿਆਨਾ ਸਟੋਰ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਉਹਨਾਂ ਨੇ ਕਿਹਾ ਕਰੋਨਾ ਵਾਇਰਸ ਕਰਕੇ ਲਾਗੂ ਕਰਫਿਊ ਦੌਰਾਨ ਅਤੇ ਹੋਰਨਾਂ ਦੁਕਾਨਾਂ ਵੱਲੋਂ ਮਹਿੰਗੇ ਭਾਅ ਤੇ ਸਾਮਾਨ ਵੇਚ ਕੇ ਲੋਕਾਂ ਦੀ ਲੁੱਟ ਕੀਤੀ ਗਈ ਸੀ ਪਰ ਹੁਣ ਬਾਬਾ ਨਾਨਕ ਦੀ ਹੱਟੀ ਖੁੱਲਣ ਦੇ ਨਾਲ ਕਾਫੀ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ। ਇਸ ਮੌਕੇ ਭਾਈ ਜਸਵਿੰਦਰ ਸਿੰਘ ਤੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਦਸਤਵੰਦ ਤੋਂ ਸਸਤੇ ਭਾਅ ਦੀ ਦੁਕਾਨ ਖੋਲੀ ਆ ਤਾਂ ਜੋ ਲੋਕਾਂ ਦੀ ਸੇਵਾ ਕਰ ਸਕੇ ਕਿਉਂਕਿ ਆਮ ਦੁਕਾਨਦਾਰ ਮਹਿੰਗੇ ਭਾਅ ਤੇ ਸਾਮਾਨ ਵੇਚ ਰਹੇ ਹਨ ਜਿਸ ਨਾਲ ਲੋਕਾਂ ਦੀਆਂ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਭਾਰਤ ਦੀ ਹਾਲਤ ਨਹੀਂ ਠੀਕ ਕੰਪਨੀਆਂ ਇੱਥੇ ਨਹੀਂ ਕਰਨਾ ਚਾਹੁੰਦੀਆਂ ਨਿਵੇਸ਼ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਦੁਨੀਆ ਭਰ ਦੇ ਵਿੱਚ ਕੋਰੋਨਾ ਕਾਰਨ ਵਪਾਰਕ ਗਤੀਵਿਧੀਆਂ ਨੂੰ ਵੱਡਾ ਝਟਕਾ ਲੱਗਿਆ ਅਜਿਹੀ ਸਥਿਤੀ ਦੇ ਵਿੱਚ ਆਰਥਿਕਤਾ ਨੂੰ ਸੁਧਾਰ ਦੇ ਲਈ ਲੰਮਾ ਸਮਾਂ ਲੱਗੇਗਾ ਫਾਰਚੂਨ 500 ਦੀ ਸੂਚੀ 'ਚੋ ਸ਼ਾਮਲ ਕੰਪਨੀਆਂ 'ਚੋ 52.4% ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਪਹਿਲੋ ਆਰਥਿਕਤਾ ਦੀ ਜੋ ਸਥਿਤੀ ਸੀ ਉਸ 'ਚੋ ਆਉਣ ਦੇ ਲਈ 2022 ਦੀ ਪਹਿਲੀ ਤਮਾਈ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ 25% ਦਾ ਕਹਿਣਾ ਹੈ ਕਿ 2023 ਦੀ ਪਹਿਲੀ ਤਮਾਈ ਤੋਂ ਆਰਥਿਕ ਗਤੀਵਿਧੀਆਂ ਤੇਜ਼ੀ ਫੜਨਗੀਆਂ ਪਰ ਫਾਰਚੂਨ 500 ਕੰਪਨੀਆਂ ਦੇ ਵਿੱਚ ਸ਼ਾਮਲ ਸਿਰਫ 2.6 ਪ੍ਰਤੀਸ਼ਤ ਕੰਪਨੀਆਂ ਹੀ ਭਾਰਤ ਤੋਂ ਨਿਵੇਸ਼ ਦੇ ਲਈ ਇੱਕ ਬਿਹਤਰ ਜਗ੍ਹਾ ਸਮਝਿਆ 74 ਪ੍ਰਤੀਸ਼ਤ ਕੰਪਨੀਆਂ ਨੇ ਕਿਹਾ ਕਿ ਅਗਲੇ ਸਾਲ ਨਿਵੇਸ਼ ਕਰਨ ਦੇ ਲਈ ਸਭ ਤੋਂ ਵਧੀਆ ਜਗ੍ਹਾ ਅਮਰੀਕਾ ਹੋਵੇਗੀ ਤੇ 9 ਪ੍ਰਤੀਸ਼ਤ ਨੇ ਚੀਨ ਨੂੰ ਨਿਵੇਸ਼ ਕਰਨ ਦੇ ਲਈ ਤਰਜੀਹੀ ਮੰਜ਼ਲ ਦੱਸਿਆ ਹੈ ਇਨ੍ਹਾਂ ਕੰਪਨੀਆਂ ਦੇ 11 ਪ੍ਰਤੀਸ਼ਤ ਸੀਈਓ ਵਿਸ਼ਵਾਸ ਕਰਦੇ ਹਨ ਕਿ ਉਹ ਏਸ਼ੀਆਈ ਦੇਸ਼ਾਂ ਦੇ ਵਿੱਚ ਨਿਵੇਸ਼ ਕਰ ਸਕਦੇ ਹਨ ਪਰ ਚੀਨ ਦੇ ਵਿੱਚ ਨਹੀਂ ਕਰਨਗੇ ਕਾਰੋਬਾਰੀ ਯਾਤਰਾ ਦੀ ਮਾੜੀ ਸਥਿਤੀ ਇਹ ਸਰਵੇਖਣ ਦੇ ਵਿੱਚ ਇਹ ਕਿਹਾ ਗਿਆ ਕਿ ਕਾਰੋਬਾਰ ਦੇ ਨਾਲ ਜੁੜੀ ਯਾਤਰਾ 24 ਕਰੋਨਾ ਤਬਦੀਲੀ ਤੋਂ ਪਹਿਲਾਂ ਦੀ ਸਥਿਤੀ ਆਉਣ 'ਚ ਕਾਫੀ ਸਮਾਂ ਲੱਗੇਗਾ। ਐਲ.ਏ.ਸੀ ਤੇ ਹਿੰਸਕ ਝੜਪ ਤੋਂ ਬਾਅਦ ਸਰਕਾਰ ਆਈ ਹਰਕਤ 'ਚ ਰਾਜਨਾਥ ਨੇ ਤਿੰਨੇ ਫੌਜਾਂ ਦੇ ਨਾਲ ਕੀਤੀ ਬੈਠਕ। ਅਸਲ ਕੰਟਰੋਲ ਰੇਖਾ ਨੂੰ ਲੈ ਕੇ ਚੀਨ ਦੇ ਨਾਲ ਹੋਏ ਵਿਵਾਦ ਤੇ ਭਾਰਤੀ ਫੌਜ ਦੇ ਤਿੰਨ ਜਵਾਨਾਂ ਦੀ ਸ਼ਹੀਦ ਹੋਣ ਤੋਂ ਬਾਅਦ ਮੋਦੀ ਸਰਕਾਰ ਹਰਕਤ ਦੇ ਵਿੱਚ ਆ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ ਜਰਨਲ ਵਿਪਨ रावत ਨੂੰ ਤਿੰਨ ਨੇ ਸੇਵਾਵਾਂ ਦੇ ਚੀਫ ਸਮੇਤ ਤਲਬ ਕੀਤਾ ਤੇ ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਐਸ ਕੇ ਜੈ ਸ਼ੰਕਰ ਦੇ ਨਾਲ ਵੀ ਇੱਕ ਮੀਟਿੰਗ ਚੱਲ ਰਹੀ ਹੈ। ਅਗਲੀ ਖਬਰ ਆ ਰਹੀ ਹੈ ਜੀ ਕਰੋਨਾ ਦੀ ਲਪੇਟ ਤੋਂ ਸੁਰੱਖਿਆ ਫੋਰਸ ਦੇ CRPF ਦੇ 80 ਜਵਾਨਾਂ ਦੀ ਰਿਪੋਰਟ ਆਈ ਪੋਜ਼ਿਟਿਵ ਤੋਂ ਕਰੋਨਾ ਵਾਇਰਸ ਦੀ ਲਪੇਟ ਤੋਂ ਸੁਰੱਖਿਆ ਦਸਤਿਆਂ ਤੇ ਜਵਾਨਾਂ ਦੀ ਤੇਜ਼ੀ ਦੇ ਨਾਲ ਆ ਰਹੀਆਂ ਹਨ ਤੇ ਜੰਮੂ ਕਸ਼ਮੀਰ ਦੇ ਕੇਂਦਰੀ ਰਿਜ਼ਰਵ ਫੋਰਸ ਦੇ ਨਾਸੀ ਤੇ ਇੱਕ ਜਿਹੜਿਆ ਸ਼ਾਮ ਵੇਲੇ ਪੋਜ਼ਿਟਿਵ ਵਾਈ ਟੋਟਲ 80 ਕਰੋਨਾ ਪੋਜ਼ਿਟਿਵ ਜਿਹੜੇ ਪਾਏ ਗਏ ਹਨ ਦੱਸਿਆ ਜਾ ਰਿਹਾ ਹੈ ਕਿ ਇਹ ਜਵਾਨ ਜੰਮੂ ਕਸ਼ਮੀਰ ਦੇ ਲਾ ਐਂਡ ਆਰਡਰ ਡਿਊਟੀ ਤੇ ਤਨਤ ਹਨ ਤੇ ਸੁਰੱਖਿਆ ਦਸਤੇ ਤੇ ਦਿੱਲੀ ਹੈੱਡਕੁਆਰਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਹਾਲੇ ਕੁਝ ਦਿਨ ਪਹਿਲਾਂ ਹੀ ਇੱਕ CRPF ਦੀ ਜਵਾਨ ਦੀ ਮੌਤ ਵੀ ਹੋ ਗਈ ਸੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸੁਖਦੇਵ ਢੀਂਡਸਾ ਦਾ ਵੱਡਾ ਬਿਆਨ ਭਾਜਪਾ ਸਮੇਤ ਅਕਾਲੀ ਦਲ ਨੂੰ ਦਿੱਤਾ ਝਟਕਾ ਅਕਾਲੀ ਦਲ ਬਾਦਲ ਖਿਲਾਫ ਬਗਾਵਤ ਦਾ ਝੰਡਾ ਚੁੱਕਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਭਾਜਪਾ ਤੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ ਸੁਖਦੇਵ ਢੀਂਡਸਾ ਦਾ ਕਹਿਣਾ ਹੈ ਕਿ ਉਹਨਾਂ ਦਾ ਭਾਜਪਾ ਦੇ ਵਿੱਚ ਸ਼ਾਮਲ ਹੋਣ ਦਾ ਤਾਂ ਮਤਲਬ ਹੀ ਨਹੀਂ ਹੈ ਢੀਂਡਸਾ ਨੇ ਆਖਿਆ ਕਿ ਉਹ ਨਵਨੀ ਪਾਰਟੀ ਬਣਾਉਣ ਜਾ ਰਹੇ ਹਨ ਜਿਸ ਦਾ ਐਲਾਨ ਇਸੇ ਮਹੀਨੇ ਕਰ ਦਿੱਤਾ ਜਾਵੇਗਾ ਢੀਂਡਸੇ ਦੇ ਇਸ ਬਿਆਨ ਤੋਂ ਸਾਫ ਹੋ ਗਿਆ ਕਿ ਉਹ ਕਿਸੇ ਹੋਰ ਪਾਰਟੀ ਦਾ ਹਿੱਸਾ ਨਹੀਂ ਬਣਨਗੇ ਪਰਮਿੰਦਰ ਢੀਂਡਸਾ ਦੇ ਭਾਜਪਾ ਵਾਲੇ ਬਿਆਨ ਤੇ ਸਪਸ਼ਟੀਕਰਨ ਦਿੰਦੇ ਹੋਏ ਸੁਖਦੇਵ ਢੀਂਡਸਾ ਨੇ ਕਿਹਾ ਕਿ ਉਹਨਾਂ ਦਾ ਭਾਜਪਾ ਦੇ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਨੇ ਕਿਹਾ ਕੇਂਦਰ ਸਰਕਾਰ ਦਾ ਆਰਡੀਨੈਂਸ ਕਿਸਾਨ ਵਿਰੋਧੀ ਹੈ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚ ਵੱਧ ਰਹੀ ਸ਼ੂਗਰ ਦੀ ਬਿਮਾਰੀ ਰਹਿਣ ਸੈਣ ਅਤੇ ਨਾ ਦੇ ਨਾਲ ਜੈਨੇਟਿਕਸ ਜੀਨਸ ਜ਼ਿੰਮੇਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿਊਮਨ ਜੈਨੇਟਿਕਸ ਵਿਭਾਗ ਦੇ ਵੱਲੋਂ ਸ਼ੂਗਰ ਦੀ ਬਿਮਾਰੀ ਦੇ ਸਬੰਧੀ ਵਿੱਚ ਪਿਛਲੇ 20 ਸਾਲਾਂ ਵਿੱਚ ਪ੍ਰਕਾਸ਼ਿਤ ਵੱਖ-ਵੱਖ ਖੋਜ ਪੱਤਰਾਂ ਦੇ ਮੁਲਾਂਕਣ ਤੋਂ ਇਹ ਸਾਬਤ ਹੋਇਆ ਹੈ ਕਿ ਪੰਜਾਬ ਦੇ ਵਿੱਚ ਸ਼ੂਗਰ ਟਾਈਪ 2 ਡਾਇਬੀਟੀਜ਼ ਇੱਕ ਬਹੁਤ ਵੱਡੀ ਸਿਹਤ ਸਮੱਸਿਆ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੀ ਹੈ ਇਸ ਦਾ ਮੁੱਖ ਕਾਰਨ ਜਿੱਥੇ ਜੈਨੇਟਿਕਸ ਜੀਨਸ ਹਨ ਉੱਥੇ ਪਿਛਲੇ ਸਮੇਂ ਦੌਰਾਨ ਸਾਡਾ ਰਹਿਣ ਸਹਿਣ ਅਤੇ ਖਾਣ ਪੀਣ ਦਾ ਬਦਲਿਆ ਢੰਗ ਤਰੀਕਾ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਿਊਮਨ ਜੈਨੇਟਿਕਸ ਵਿਭਾਗ ਜੋ ਕਿ 1990 ਦੇ ਵਿੱਚ ਸਥਾਪਿਤ ਹੋਇਆ ਸੀ ਪਿਛਲੇ 20 ਸਾਲਾਂ ਦੇ ਵਿੱਚ 150 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਗਏ ਹਨ ਅਗਲੀ ਖਬਰ ਆ ਰਹੀ ਹੈ ਜੀ ਦਿੱਲੀ ਦੇ ਸਿਹਤ ਮੰਤਰੀ ਦੀ ਕਰੋਨਾ ਰਿਪੋਰਟ ਆਈ 네ਗੇਟਿਵ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਕਰੋਨਾ ਰਿਪੋਰਟ 네ਗੇਟਿਵ ਆਈ ਹੈ ਜੀ ਦੱਸਣਯੋਗ ਹੈ ਕਿ ਸਤਿੰਦਰ ਜੈਨ ਨੂੰ ਤੇਜ਼ ਬੁਖਾਰ ਅਤੇ ਆਕਸੀਜਨ ਦੇ ਪੱਧਰ 'ਚ ਅਚਾਨਕ ਗਿਰਾਵਟ ਕਾਰਨ ਬੀਤੀ ਰਾਤ ਸਿਹਤ ਵਿਗੜਨ ਦੇ ਕਾਰਨ ਦਿੱਲੀ ਦੇ ਰਾਜੀਵ ਗਾਂਧੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦੀ ਕਰੋਨਾ ਜਾਂਚ ਦੇ ਲਈ ਸੈਂਪਲ ਲਿਆ ਗਿਆ ਸੀ ਜਿਸ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ। ਸ਼ੁਸ਼ਾਂਤ ਦੀ ਮੌਤ ਤੋਂ ਬਾਅਦ ਫਿਲਮ ਤੇ ਫਿਲਮ ਉਦਯੋਗ ਤੇ ਸੰਗੀਤ ਜਗਤ ਤੇ ਖੁੱਲ ਕੇ ਬੋਲੇ ਰਣਜੀਤ ਬਾਵਾ ਪੰਜਾਬੀ ਸੰਗੀਤ ਜਗਤ ਦਾ ਦਾਇਰਾ ਬਹੁਤਾ ਵੱਡਾ ਨਹੀਂ ਇੱਥੇ ਕੌਣ ਕੀ ਕਰਦਾ ਹੈ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੁੰਦਾ ਹੈ ਇਸ ਸਮੇਂ ਸੰਗੀਤ ਜਗਤ ਦੀ ਜੋ ਸਥਿਤੀ ਹੈ ਉਹ ਵੀ ਸਾਰਿਆਂ ਦੇ ਸਾਹਮਣੇ ਹੈ। ਪਰ ਕਦੇ ਵੀ ਕੋਈ ਕਲਾਕਾਰ ਇਸ ਤੇ ਖੁੱਲ ਕੇ ਗੱਲ ਨਹੀਂ ਕਰਦਾ ਸ਼ਾਇਦ ਇਸ ਦੀ ਵਜ੍ਹਾ ਵਿਵਾਦ ਵੀ ਹੋ ਸਕਦਾ ਕਿਉਂਕਿ ਜਦੋਂ ਵੀ ਕੋਈ ਅਸੀਂ ਅਜਿਹੇ ਮੁੱਦੇ ਤੇ ਬੋਲਦਾ ਤਾਂ ਉਸ ਨੂੰ ਸਖਤ ਵਿਵਾਦਾਂ ਦੇ ਵਿੱਚ gir ਜਾਂਦਾ ਜਿਸ ਕਾਰਨ ਹਰ ਕੋਈ ਅਜਿਹੇ ਮੁੱਦਿਆਂ ਤੇ ਬੋਲਣਾ ਪਸੰਦ ਨਹੀਂ ਕਰਦਾ ਜਾਂ ਫਿਰ ਆਖ ਸਕਦਾ ਹਾਂ ਕਿ ਡਰ ਜਾਂਦੇ ਹਨ ਪਰ ਆਪਣੇ ਗੀਤਾਂ ਚੂ ਬੇਬਾਕੀ ਦੇ ਨਾਲ ਹਰ ਮੁੱਦੇ ਤੇ ਆਵਾਜ਼ ਉਠਾਉਣ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਰੰਜੀਤ 바ਵਾ ਬੋਲਦੇ ਵਿਖਾਈ ਦਿੱਤੇ ਹਨ ਜੀ ਹਾਂ ਕੁਝ ਘੰਟੇ ਪਹਿਲਾਂ ਰੰਜੀਤ 바ਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਫਿਲਮੀ ਉਦਯੋਗ ਹੀ ਨਹੀਂ ਸਗੋਂ ਹਰ ਖੇਤਰ ਦਾ ਸੱਚ ਬਿਆਨ ਕੀਤਾ 바ਵਾ ਲਿਖਦੇ ਹਨ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੱਕ ਗੱਲ ਜ਼ਰੂਰ ਸਾਹਮਣੇ ਆਈ ਕਿ ਇੰਡਸਟਰੀ ਕੋਈ ਵੀ ਹੋਵੇ ਉਹੀ ਅੱਗੇ ਆਉਂਦਾ ਜਿਹੜਾ ਚਾਪਲੂਸੀ ਕਰੇਗਾ ਜਾਂ ਜਿਸ ਦੇ ਲਿੰਕ ਹੋਣਗੇ ਮਿਹਨਤ ਕਰਨ ਵਾਲੇ ਬੰਦੇ ਨੂੰ ਵੇਖ ਕੇ ਸਾਰੇ ਮੱਚਦੇ ਹਨ ਜੇ ਕੋਈ ਆਪਣੇ ਦਮ ਤੇ ਅੱਗੇ ਆ ਜਾਵੇ ਤਾਂ ਉਸ ਨੂੰ ਆਖ ਦੇ ਤੁੱਕਾ ਲੱਗਾ ਸੋ ਇਸੇ ਇੰਡਸਟਰੀ ਵਿੱਚ ਬਹੁਤ ਸਾਰੇ ਨਵੇਂ ਕਲਾਕਾਰ ਕੰਪਨੀਆਂ ਨੇ ਬੌਂਡ ਕਰਕੇ ਥੱਲੇ ਲਾਏ ਇੱਕ ਅੱਧਾ ਗੀਤ ਕੱਢ ਕੇ ਕਲਾਕਾਰ ਨੂੰ ਬੰਨ ਲੈਂਦੇ ਹਨ ਜਾਂ ਕੇ ਦਿਖਾ ਇੱਧਰ ਜਾਂਦਾ ਇੰਨੇ ਪੈਸੇ ਦਿਓ ਤਾਂ ਬੌਂਡ ਪੂਰਾ ਹੋਏਗਾ ਫਿਰ ਅਗਲਾ ਕਦੇ ਇੱਧਰ ਕਦੇ ਉੱਧਰ ਬਹੁਤ ਸਾਰਾ ਟੈਲੈਂਟ ਰੋਲ ਗਿਆ ਐਵੇਂ ਹੀ ਕੁਝ ਕੁ ਗਰੁੱਪ ਬਣਾਈ ਫਿਰਦੇ ਆ ਦੂਜਿਆਂ ਨੂੰ ਪਾਲਛ ਮਾਰੀ ਜਾਂਦੇ ਆ ਫਿਰ ਜਦੋਂ ਕੋਈ ਦੁਖੀ ਹੋਇਆ ਚਲਾ ਜਾਂਦਾ ਫਿਰ ਬੜੇ ਸਕੇ ਬਣਦੇ ਆ ਸੋ ਕਿਰਪਾ ਕਰਕੇ ਪਹਿਲਾਂ ਹੀ ਇੱਕ ਦੂਜੇ ਨਾਲ ਦਿਲੋਂ ਰਹੋ ਪਿਆਰ ਦੇ ਨਾਲ ਰਹੋ ਜ਼ਿੰਦਗੀ ਬਹੁਤ ਛੋਟੀ ਹੈ ਅਗਲੀ ਖਬਰ ਆ ਰਹੀ ਹੈ ਜੀ ਪੈਟਰੋਲ ਪੰਪ ਤੇ ਤੇਲ ਪਵਾ ਕੇ ਬਿਨਾਂ ਪੈਸੇ ਦਿੱਤੇ ਭਜਾਈ ਕਾਰ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਨੇ ਚਲਾਈ ਗੋਲੀ ਪਿੰਡ ਗੱਗੋ ਬੂਹਾ ਦੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਿਨਾ ਪੈਸੇ ਦਿੱਤਿਆਂ ਹੀ ਦੋ ਨੌਜਵਾਨ ਕਾਰ ਦੇ ਸਹਨੇ ਫਰਾਰ ਹੋ ਗਏ ਹਾਲਾਂਕਿ ਜਦੋਂ ਉਹਨਾਂ ਦਾ ਪਿੱਛਾ ਕਰਨਾ ਚਾਹਿਆ ਤਾਂ ਉਹਨਾਂ ਨੇ ਹਵਾ ਦੇ ਵਿੱਚ ਗੋਲੀ ਚਲਾ ਦਿੱਤੀ ਪੁਲਿਸ ਨੇ ਉਕਤ ਘਟਨਾ ਸੰਬੰਧੀ ਬਿਆਨ ਕਲਮ ਬੰਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਬਜੀ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਜੀ ਸਿਰੋਤੇ ਵੀਰਾਂ ਦੇ ਲਈ ਦੁਨੀਆ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਬਣੀ ਗੇਮ ਜਾਨੋ ਕਿੰਨੀ ਕਮਾਈ ਤੇ ਕੌਣ ਰਹੇ ਟਾਪ 5 ਗੇਮਿੰਗ ਲਿਸਟ ਦੇ ਵਿੱਚ ਪਬਜੀ ਵਰਲਡ ਵਾਈਡ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਗੇਮ ਬਣ ਗਈ ਹੈ ਡਾਟਾ ਐਨਾਲਿਟਿਕਸ ਫਰਮ ਸੈਂਸਰ ਟਾਵਰ ਦੇ ਮਈ ਮਹੀਨੇ ਦੀ ਰਿਪੋਰਟ ਤੋਂ ਖੁਲਾਸਾ ਹੋਇਆ ਕਿ ਸਾਲ 2019 ਦੇ ਅਨੁਸਾਰ ਪਬਜੀ ਦੇ ਕਾਰੋਬਾਰ ਚ 41% ਦੀ ਵਾਧਾ ਹੋਇਆ ਇਸ ਦੌਰਾਨ ਪਬਜੀ ਯੂਜ਼ਰ ਨੇ ਕਰੀਬ 226 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ ਤੇ ਪਬਜੀ ਮੋਬਾਈਲ ਦੀ ਕਮਾਈ ਚ ਚੀਨ ਨਾਲ ਆਉਣ ਵਾਲੇ ਰੈਵਨਿਊ ਵੀ ਸ਼ਾਮਿਲ ਕੀਤਾ ਗਿਆ ਹੈ ਦਰਅਸਲ ਚੀਨ ਚ ਪਬਜੀ ਮੋਬਾਈਲ ਨੂੰ ਇੱਕ ਦੂਸਰੇ ਟਾਈਟ ਗੇਮ ਪੀਸ ਜਾਂ ਫਿਰ ਪੀਸ ਕੀਪਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਾਲ ਮਈ ਚ ਓਨਰ ਆਫ ਸਿੰਗਸ ਦੇ ਕਰੀਬ 204 ਮਿਲੀਅਨ ਡਾਲਰ ਕਮਾਈ ਕੀਤੀ ਸੀ ਵੱਡੀ ਖਬਰ ਆ ਰਹੀ ਹੈ ਜੀ ਫਿਰ ਤੋਂ ਕਾਂਗਰਸ ਦੀਆਂ ਦੇ ਹੱਥ ਚ ਪੁੱਜਿਆ ਗਰੀਬਾਂ ਨੂੰ ਵੰਡਣ ਆਇਆ ਸਰਕਾਰੀ ਅਨਾਜ कोरोना दानान ਗਰੀਬਾਂ ਨੂੰ ਵੰਡਣ ਦੇ ਲਈ ਆਇਆ ਸਰਕਾਰੀ ਅਨਾਜ ਇੱਕ ਵਾਰ ਫਿਰ ਕਾਂਗਰਸੀਆਂ ਦੇ ਹੱਥਾਂ ਦੇ ਵਿੱਚ ਜਾ ਪੁੱਜਾ ਦੱਸਣਾ ਉਚਿਤ ਹੋਵੇਗਾ ਕਿ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਵੱਲੋਂ ਤਿਆਰ ਕੀਤੇ ਗਏ ਰਾਸ਼ਨ ਦੇ ਪੈਕੇਟ ਜਿਨ੍ਹਾਂ ਨੂੰ ਲੋਕਾਂ ਨੂੰ ਵੰਡਨੇ ਹਨ ਇਸ ਦਾ ਫੈਸਲਾ ਕਰਨ ਦੀ ਜ਼ਿੰਮੇਵਾਰੀ ਵਿਧਾਇਕ ਅਤੇ ਹਲਕਾ ਇੰਚਾਰਜ ਨੂੰ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੋਂ ਇਲਾਵਾ ਕਾਂਗਰਸ ਦੇ ਆਗੂਆਂ ਨੇ ਇਸ ਤੇ ਉਹਨਾਂ ਦੇ ਚਿਹਤਿਆਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਾਇਆ ਸੀ ਪਰ ਉਹਨਾਂ ਨੇ ਕਿਹਾ ਸੀ ਹਰ ਇੱਕ ਮਾਈ ਭਾਈ ਨੂੰ ਜਿਹੜਾ ਰਾਸ਼ਨ ਪੁੱਛਦਾ ਕੀਤਾ ਸੋ ਦੋਸਤੋ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਬਈ ਤੁਹਾਨੂੰ ਰਾਸ਼ਨ ਮਿਲਿਆ ਕਿ ਨਹੀਂ ਜਿਹੜਾ ਸੈਂਟਰ ਸਰਕਾਰ ਦੇ ਵੱਲੋਂ ਪਹੁੰਚਿਆ ਸੀਗਾ ਜੇ ਮਿਲਿਆ ਤਾਂ ਵੀ ਤੁਸੀਂ ਲਿਖ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜੇ ਨਹੀਂ ਮਿਲਿਆ ਫਿਰ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ ਤਾਂ ਜੋ ਆਪਾਂ ਨੂੰ ਗਰਾਊਂਡ ਰਿਪੋਰਟ ਦਾ ਪਤਾ ਲੱਗ ਸਕੇ ਇੱਕ ਵੱਡੀ ਖਬਰ ਦੋਸਤੋ ਹੋਰ ਨਿਕਲ ਕੇ ਆ ਰਹੀ ਹੈ ਜੀ ਪੈਟਰੋਲ ਨੂੰ ਲੈ ਕੇ 80 ਰੁਪਏ ਨੂੰ ਪਾਰ ਕਰ ਸਕਦੀ ਆ ਪੈਟਰੋਲ ਦੀ ਕੀਮਤ 5 ਰੁਪਏ ਤੱਕ ਹੋਰ ਵਧੇਗੀ ਜੀ ਇਸੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੇ ਵਾਧੇ ਦਾ ਹੀ ਸਾਹਮਣਾ ਕਰ ਰਹੇ ਖਪਤਕਾਰਾਂ ਨੂੰ ਦੋ ਹਫ਼ਤਿਆਂ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ ਜੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਦੋਵਾਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਧਾਉਣ ਦੀ ਪ੍ਰਕਿਰਿਆ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਖਰੀਦ ਵਿਕਰੀ ਦਾ ਪਾੜਾ 8 ਰੁਪਏ ਪ੍ਰਤੀ ਲੀਟਰ ਪੂਰਾ ਨਹੀਂ ਹੋ ਜਾਂਦਾ ਇਸ ਤਰ੍ਹਾਂ ਜੂਨ ਦੇ ਅੰਤ ਤੱਕ ਪੈਟਰੋਲ ਦਾ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚ 80 ਰੁਪਏ ਪ੍ਰਤੀ ਲੀਟਰ ਤੋਂ ਪਾਰ ਜਾ ਸਕਦਾ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਰਕਾਰੀ ਤੇਲ ਕੰਪਨੀਆਂ ਦੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੇ ਵਿੱਚ 4-5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹਾਲੇ ਹੋਰ ਹੋ ਸਕਦਾ ਹੈ ਇਸ ਦੇ ਲਈ ਕੀਮਤ ਵਧਾਉਣ ਹਰ ਰੋਜ਼ਾਨਾ 50 ਤੋਂ 60 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਜਾ ਰਿਹਾ ਹੈ ਜੋ ਅੱਗੇ ਜਾ ਕੇ 30 ਤੋਂ 40 ਪੈਸੇ ਪ੍ਰਤੀ ਲੀਟਰ ਤੇ ਆ ਜਾਵੇਗਾ ਕੰਪਨੀਆਂ 1 ਜੁਲਾਈ ਤੱਕ 1 ਰੁਪਿਆ 19 ਪੈਸੇ ਪ੍ਰਤੀ ਲੀਟਰ ਦੇ ਲਾਭ ਤੇ ਪਹੁੰਚ ਜਾਣਗੀਆਂ ਇਸੇ ਤਰ੍ਹਾਂ ਕੀਮਤਾਂ ਦੇ ਵਿੱਚ 7 ਤੋਂ 8 ਫੀਸਦੀ ਵਾਧਾ ਕਰਨਾ ਹੋਵੇਗਾ ਇਸ ਤੋਂ ਪਹਿਲਾਂ 83 ਦਿਨਾਂ ਤੱਕ ਤੇਲ ਦੀਆਂ ਕੀਮਤਾਂ 'ਚ ਕੋਈ ਤਬਦੀਲੀ ਕਰਨ ਤੋਂ ਬਾਅਦ ਕੰਪਨੀਆਂ ਪਿਛਲੇ 9 ਦਿਨਾਂ ਤੋਂ ਨਿਰੰਤਰ ਵਾਅਦਾ ਕਰ ਰਹੀਆਂ ਹਨ ਤੇ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ 'ਚ 5 ਰੁਪਏ ਤੇ ਡੀਜ਼ਲ 'ਚ 5.5 ਰੁਪਏ ਪ੍ਰਤੀ ਲੀਟਰ ਵਾਧਾ ਹੋਇਆ ਹੈ ਸੋ ਅਗਲੇ ਮਹੀਨੇ ਤੋਂ ਸੰਭਾਵਿਤ ਗ੍ਰਾਵਟ ਸੋਕ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੇ ਕਿਹਾ ਕਿ ਕੱਚਾ ਤੇਲ ਇੱਕ ਵਾਰ ਫਿਰ ਗਲੋਬਲ ਬਾਜ਼ਾਰ ਤੋਂ 40 ਰੁਪਏ 40 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਹੈ ਜਿਸ ਦੇ ਉਤਪਾਦਾਂ ਦੀ ਕਮੀ ਦੇ ਵਿੱਚ ਗ੍ਰਾਵਟ ਦੇ ਕਾਰਨ ਰੁਝਾਨ ਕਟ ਰਿਹਾ ਹੈ ਤੇ ਹਾਲਾਂਕਿ ਤੇਲ ਉਤਪਾਦਕਾਂ ਨੇ ਸੰਥਾ ਉਮੇਕ ਨੇ ਕੱਚੇ ਭਾਅ ਵਧਾਉਣ ਦੇ ਉਤਪਾਦਕਾਂ ਦੇ ਵਿੱਚ ਕਟੌਤੀ ਦੀ ਮਿਆਦ ਜੁਲਾਈ ਤੱਕ ਦੱਸੀ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ